ਪੇਸ਼ਤੂਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਦਿੱਲੀ ਚਾਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਦਬਾ ਲਾਂਗੇ ਉਤਸ਼ਾਹਿਤ ਕਰਦੀ ਹੈ ਟ੍ਰੇਨਾਂ ਬੰਦ ਕਰਤੀਆਂ 7 ਤਰੀਕ 7 ਤਰੀਕ ਤੱਕ ਕਿ ਸਾਡੀ ਬੱਤੀ ਬੰਦ ਹੋ ਜੂਗੀ ਨਾ ਤੁਹਾਡੇ ਕੋਲੇ ਕਰਕੇ ਤਾਂ ਅਸੀਂ ਦਿੱਲੀ ਦੀ ਬੱਤੀ ਵੀ ਬੰਦ ਕਰਨੀ ਜਾਂਦੇ ਕਿ ਜਿੱਥੇ ਨਰਿੰਦਰ ਮੋਦੀ ਦੀ ਫੋਟੋ ਲੱਗੀ ਹੈ ਚਾਹੇ ਪੰਪ ਤੇ ਲੱਗੀ ਹੈ ਚਾਹੇ ਗੈਸ ਏਜੰਸੀ ਤੇ ਲੱਗੀ ਹੈ ਕਾਲਾ ਤੇਲ ਮਲੋ ਖੇਤੀ ਬਿੱਲ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਰਾਸ਼ਪਤੀ ਤੋਂ ਸਮਾਂ ਮੰਗਿਆ ਗਿਆ ਸੀਗਾ ਕਿ ਉਹਨਾਂ ਨੂੰ ਮਿਲ ਕੇ ਗੁਜ਼ਾਰਿਸ਼ ਕੀਤੀ ਜਾਏ ਕਿ ਇਹ ਖੇਤੀ ਬਿੱਲ ਵਾਪਸ ਲਏ ਜਾਣ ਲੇਕਿਨ ਜਾਣਕਾਰੀ ਮਿਲ ਰਹੀ ਕਿ ਰਾਸ਼ਪਤੀ ਵੱਲੋਂ ਜਿਹੜਾ ਸਮਾਂ ਨਹੀਂ ਦਿੱਤਾ ਗਿਆ ਇਸੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਹੈਗੇ ਕਾਂਗਰਸੀ ਵਿਧਾਇਕ ਰਾਜਾ ਅਮਰਿੰਦਰ ਜੀ ਗੱਲ ਕਰਦੇ ਹਨ ਅਮਰਿੰਦਰ ਜੀ ਕੀ ਕਹਿਣਾ ਚਾਹੋਗੇ ਕਿ ਰਾਸ਼ਪਤੀ ਤੋਂ ਤੁਸੀਂ ਸਮਾਂ ਮੰਗਿਆ ਸੀਗਾ ਲੇਕਿਨ ਸਮਾਂ ਨਹੀਂ ਦਿੱਤਾ ਗਿਆ ਇਹ ਕੋਈ ਚਾਲ ਤੁਸੀਂ ਸਮਝੋ ਨਹੀਂ ਇਸ ਬਾਰੇ ਮੈਨੂੰ ਪਤਾ ਨਹੀਂ ਹੈ ਕਿ ਸਮਾਂ ਹਜੇ ਮਨਾ ਕਰ ਦਿੱਤਾ ਗਿਆ ਕਿਉਂਕਿ ਹਜੇ ਕੱਲ ਮਿਲਣ ਦਾ ਸਮਾਂ ਹੈ 4 ਤਰੀਕ ਨੂੰ ਕਿਹਾ ਗਿਆ ਸੀ ਸਾਨੂੰ ਕੀ ਹੋਇਆ ਇਹ ਬਦੇਰੇ ਤਰੀਕੇ ਨਾਲ ਮੇਰੇ ਖਲ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦਾ ਆਫਿਸ ਦੱਸ ਸਕਦਾ ਹੈ ਲੇਕਿਨ ਹਾਂ ਚਾਲਾਂ ਚੱਲੀਆਂ ਜਾ ਰਹੀਆਂ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਕਿਉਂਕਿ ਦਿੱਲੀ ਦੇ ਵਿੱਚ ਆਫੀਸਰ ਸਹਿਬਾਨ ਜਿਹੜੇ ਪੀਐਮਓ ਚ ਜਾਂ ਰਾਸ਼ਟਰਪਤੀ ਭਵਨ ਚ ਕੰਮ ਕਰਦੇ ਉਹਨਾਂ ਦੇ ਇੱਥੇ ਦੋਸਤ ਮਿੱਤਰ ਹੈ ਸਾਨੂੰ ਵੀ ਕੋਈ ਜਾਣਕਾਰ ਹੈ ਉਹਨਾਂ ਨੇ ਕਿਹਾ ਕਿ ਕੁਝ ਲੋਗ ਲੱਗੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਲੋਗ ਖਾਸ ਅਕਾਲੀ ਦਲ ਦੇ ਲੋਗ ਕਿ ਸਮਾਂ ਨਾ ਮਿਲੇ ਨਹੀਂ ਤਾਂ ਇਹਨਾਂ ਦੀ ਵਾਵਾ ਹੋ ਜਾਏਗੀ ਇਹ ਗੱਲ ਕਰਨਗੇ ਇਹ ਲੜਾਈ ਲੜਨਗੇ ਜਨਤਾ ਚ ਸੁਣਿਆ ਜਾਏਗਾ ਸੋ ਇਸ ਤਰ੍ਹਾਂ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ ਲੇਕਿਨ ਮੈਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਦੈਨਿਕ ਸਵੇਰਾ ਤੁਹਾਡੇ ਟੀਵੀ ਰਾਹੀਂ ਕਿ ਰਾਸ਼ਟਰਪਤੀ ਸਭ ਦਾ ਸਾਂਝਾ ਹੁੰਦਾ ਉਹ ਕੇਵਲ ਭਾਜਪਾ ਦਾ ਰਾਸ਼ਟਰਪਤੀ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਸਮਾਂ ਮੰਗ ਰਿਹਾ ਕੋਈ ਆਮ ਬੰਦਾ ਸਮਾਂ ਨਹੀਂ ਮੰਗ ਰਿਹਾ ਪੰਜਾਬ ਦਾ ਮੁੱਖ ਮੰਤਰੀ ਸਮਾਂ ਮੰਗ ਰਿਹਾ ਨੇ ਪੰਜਾਬ ਦੇ ਵਿੱਚ ਅੱਗ ਲੱਗੀ ਵੀ ਹੈ ਸੜਕਾਂ ਤੇ ਲੋਕ ਕਈ ਦਿਨਾਂ ਦੇ ਬੈਠੇ ਆ ਕਿਸਾਨ ਹੈ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਹੈ ਅਗਰ ਉਹ ਸਮਾਂ ਨਹੀਂ ਦੇਣਗੇ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਮਾੜੀ ਗੱਲ ਲੋਕਤੰਤਰ ਦੇ ਅੰਦਰ ਹੋ ਨਹੀਂ ਸਕਦੀ ਜੀ ਵਿਰੋਧੀ ਧਿਰ ਵੀ ਕਹਿੰਦੇ ਕਿ ਅਸੀਂ ਰਾਸ਼ਟਰਪਤੀ ਨੂੰ ਨਹੀਂ ਮਿਲਣ ਜਾਵਾਂਗੇ ਅਗਰ ਭਾਵੇਂ ਅਪੀਲ ਜ਼ਰੂਰ ਕੀਤੀ ਗਈ ਹੈ ਮੁੱਖ ਮੰਤਰੀ ਵੱਲੋਂ ਲੇਕਿਨ ਤੁਸੀਂ ਇਸ ਨੂੰ ਕਿਵੇਂ ਬੀਟੇ ਬਈ 도ਗਲੇ ਮੈਂ ਉਹਨਾਂ ਨੂੰ 도ਗਲਾ ਕਹਿਣਾ ਚਾਹੁੰਦਾ ਹਾਲਾਂਕਿ ਮੇਰੇ ਮੂੰਹ 'ਚ ਇਹ ਸ਼ਬਦ ਸ਼ੋਭਾ ਨਹੀਂ ਦਿੰਦੇ ਲੇਕਿਨ 도ਗਲੀ ਰਾਜਨੀਤੀ ਗੰਦੀ ਰਾਜਨੀਤੀ ਕੇਵਲ ਆਦੇ ਸਵਾਰਥਾਤ ਵਾਸਤੇ ਰਾਜਨੀਤੀ ਸਾਡੇ ਨਾਲ ਯੂਨੀਨਿਮਸਲੀ ਵਿਧਾਨ ਸਭਾ ਚੋਂਾਂ ਨੇ ਬਿੱਲ ਤੇ ਮੋਹਰ ਲਾਈ ਸਾਡੇ ਨਾਲ ਗਵਰਨਰ ਕੋਲੇ ਗਏ ਕਿਉਂਕਿ ਇਹਨਾਂ ਦਾ ਸਟੀering ਕਿਸੇ ਕੋਲੇ ਹੋ ਰਿਹਾ ਹੈ ਇਹਨਾਂ ਦਾ ਸਟੀering ਕੇਜਰੀਵਾਲ ਕੋਲੇ ਹੈ ਦੂਸਰੇ ਦਾ ਸਟੀering ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਰਨਾ ਕੀ ਹੈ ਕਰੋਨਾ ਕੀ ਹੈ ਪਹਿਲਾਂ ਬਿੱਲ ਤੇ ਸਾਈਨ ਕਰਤੇ ਫਿਰ ਅਸਤੀਫਾ ਦਿੱਤਾ ਫਿਰ ਕਿਹਾ ਭਾਜਪਾ ਨਾਲ ਨਤ ਹੈ ਫਿਰ ਭਾਜਪਾ ਨਾਲ ਨਾਤਾ ਤੋੜਤਾ ਹੁਣ ਫਿਰ ਸਟੇਜਾਂ ਤੇ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਨੇ ਸੋ ਦੂਜਿਆਂ ਦਾ ਸਟੀਅਰਿੰਗ ਹੀ ਕੇਜਰੀਵਾਲ ਸਾਹਿਬ ਕੋਲੇ ਹੈ ਸੋ ਰਾਸ਼ਟਰਪਤੀ ਕੋਲੇ ਨਾ ਜਾਣਾ ਨਾ ਜਾਣ ਸਾਡਾ ਫਰਜ਼ ਹੈ ਕੱਲ ਨੂੰ ਇਹ ਨਾ ਕਹਿਣਾ ਅਸੀਂ ਅਗਰ ਇਹਨਾਂ ਨੂੰ ਸਾਧਦੇ ਨਾ ਸਾਡੇ ਕੋਲੇ ਯੂਨਿਟੀ ਹੈ ਅਸੀਂ 80 ਲੋਕਾਂ ਫਿਰ ਇਹਨਾਂ ਨੇ ਕਿਹਾ ਨਾ ਸੀ ਸਾਨੂੰ ਲੈ ਕੇ ਨਹੀਂ ਗਏ ਵੇਖੋ ਭਰਾਵੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਸਮੁੱਚੇ ਪੰਜਾਬ ਦਾ ਮਸਲਾ ਨਾ ਕੱਲਿਆਂ ਦਾ ਨਾ ਕਾਂਗਰਸ ਦਾ ਨਾ ਭਾਜਪਾ ਦਾ ਨਾ ਆਮ ਆਦਮੀ ਪਾਰਟੀ ਦਾ ਨਾ ਕਾਂਗਰਸ ਦਾ ਸਭ ਦਾ ਮੁੱਦਾ ਹੈ ਸਾਨੂੰ ਇੱਕ ਮੁੱਠ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਨਹੀਂ ਜਾਣੇ ਇਹਨਾਂ ਦੀ ਮਰਜ਼ੀ ਹੈ ਪਰ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਦੁਨੀਆ ਪੰਜਾਬ ਦੇ ਲੋਕ ਮਾਫ਼ ਨਹੀਂ ਕਰਨਗੇ ਤੁਹਾਨੂੰ ਦੂਰੋਂ ਆਉਂਦਿਆਂ ਨੂੰ 도ਗਲਾ ਕਿਆ ਕਰਨਗੇ ਜੋ ਕਿਰਪਾ ਕਰਕੇ ਬੰਦੇ ਦੇ ਪੁੱਤ ਬਣ ਕੇ ਸਾਡੇ ਨਾਲ ਜਾਣਾ ਚਾਹੀਦਾ ਜੇ ਤੁਸੀਂ ਹੁਣ ਦਿੱਲੀ ਜਾ ਰਹੇ ਹੋਗੇ ਉੱਥੇ ਮੋਰਚਾ ਲਗਾਉਣ ਦੀ ਵੀ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਮੋਰਚਾ ਲਾਉਣਾ ਸਾਡਾ ਮੋਰਚਾ ਹੀ ਹੈ ਜੀ ਇਹ ਮੁੱਖ ਮੰਤਰੀ ਸਾਹਿਬ ਆਪ ਦੱਸਣਗੇ ਵੀ ਅੱਗੇ ਕੀ ਕਰਨਾ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਦਿੱਲੀ ਨੂੰ ਦਿੱਲੀ ਡਰਾਉਣਾ ਚਾਹੁੰਦੀ ਹੈ ਦਿੱਲੀ ਡਰਾਉਣਾ ਚਾਹੁੰਦੀ ਹੈ ਪੰਜਾਬੀ ਡਰਨ ਵਾਲੇ ਨੇ ਪੰਜਾਬ ਦੇ ਲੋਕ ਕਰੋ ਤੇ ਮਰੋ ਦੀ ਲੜਾਈ ਲੜਨਾ ਲੜਨਾ ਜਾਣਦੇ ਨੇ ਦਿੱਲੀ ਚਾਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਦਬਾ ਲਾਂਗੇ ਉਤਸ਼ਾਹਿਤ ਕਰਦੀ ਹੈ ਟ੍ਰੇਨਾਂ ਬੰਦ ਕਰਤੀਆਂ 7 ਤਰੀਕ 7 ਤਰੀਕ ਤੱਕ ਤਾਂ ਜੋ ਇਹ ਉਤਸ਼ਾਹਿਤ ਹੋਣ ਅੱਗਾ ਲਾਉਣ ਫਿਰ ਇੱਥੇ ਗਵਰਨਰਰੀ ਰਾਜ ਲਾਇਆ ਜਾਵੇ ਫਿਰ ਪੰਜਾਬ ਦੇ ਲੋਕਾਂ ਨੂੰ ਜੰਮੂ ਕਸ਼ਮੀਰ ਵੱਲ ਨੂੰ ਨਜ਼ਰ ਬੰਦ ਕਰ ਲਿਆ ਜਾਵੇ ਮੈਂ ਇਹ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਪੰਜਾਬੀ ਹੋਰ ਕਿਸਮ ਦੇ ਲੋਕ ਨੇ ਇਹਨਾਂ ਨੇ ਦੇਸ਼ ਦੀ ਆਜ਼ਾਦੀ ਔਰ ਅਖੰਡਤਾ ਦੇ ਵਿੱਚ ਸਭ ਤੋਂ ਮੂਰੇ ਹੋ ਕੇ ਯੋਗਦਾਨ ਪਾਇਆ ਜੇ ਅੱਜ ਵੀ ਚਾਈਨਾ ਦੇ ਨਾਲ ਲੜਾਈ ਲੜਦੇ ਆ ਨਿਹੱਥਾ ਗੁਰਤੇਜ ਸਿੰਘ ਬੜਲਾਡੇ ਹਲਕੇ ਤੋਂ ਜਿਸ ਬੰਦੇ ਨੇ 20 ਬੰਦਿਆਂ ਦੀ ਸ਼ਹਾਦਤ ਜਾਨ ਲੈ ਕੇ ਫਿਰ ਸ਼ਹਾਦਤ ਦਿੱਤੀ ਤੇ ਪੰਜਾਬੀ ਜੇ ਕਿ ਸਿਹੜਾ ਢਿੱਡ ਪਾਲ ਸਕਦੇ ਆ ਪਾਲ ਵੀ ਸਕਦੇ ਆ ਫਿਰ ਆਪਦੀ ਲੜਾਈ ਵੀ ਲੜ ਸਕਦੇ ਆ ਭੁੱਲ ਜੋ ਜੇ ਸਾਡੀ ਬੱਤੀ ਬੰਦ ਹੋ ਜੂਗੀ ਨਾ ਤੁਹਾਡੇ ਕੋਲੇ ਕਰਕੇ ਤਾਂ ਅਸੀਂ ਦਿੱਲੀ ਦੀ ਬੱਤੀ ਵੀ ਬੰਦ ਕਰਨੀ ਜਾਣਦੇ ਆ ਉਨੇ ਸਭ ਉਹ ਹੀ ਕੀ ਕੋਲਾ ਜਿਹੜਾ ਖਤਮ ਹੋ ਚੁੱਕਿਆ ਪੂਰੀ ਤਰੀਕੇ ਨਾਲ ਸਾਫ਼ ਕਰ ਰਹੇ ਨੇ ਕਿ ਅੱਗੇ ਸੰਕਟ ਹੋਰ ਜ਼ਿਆਦਾ ਪੈਦਾ ਹੋ ਜਾਦਾ ਬਲੈਕਆਊਟ ਹੋ ਸਕਦਾ ਉਸ ਨੂੰ ਤੁਸੀਂ ਕਿਵੇਂ ਵੇਖਦੇ ਬਿਲਕੁਲ ਪਰ ਅੱਜ ਦੇ ਮਾਹੌਲ ਦੇ ਵਿੱਚ ਬਿਜਲੀ ਤੋਂ ਬਿਨਾਂ ਰਹਿਣਾ ਔਖਾ ਹੈ ਲੇਕਿਨ ਸਾਨੂੰ ਸਾਡੇ ਪੁਰਖਾਂ ਨੇ ਇਹ ਵੀ ਸਿਖਾਇਆ ਜੀ ਸਾਨੂੰ ਸਾਡੇ ਪੁਰਖਾਂ ਨੇ ਸਿਖਾਇਆ ਕਿ ਆਲਿਆਂ ਦੇ ਵਿੱਚ ਦੀਵਿਆਂ ਦੀ ਬੱਤੀ ਬਣਾ ਕੇ ਤੇ ਮਿੱਟੀ ਦਾ ਤੇਲ ਲਾ ਕੇ ਉਹਨੂੰ ਜਾ ਕੇ ਉਪਾਕੇ ਅਗਲਾ ਦਿੰਦੇ ਸੀ ਉਹ ਚੱਲਦਾ ਰਹਿੰਦਾ ਸੀ ਪੱਖਾ ਬਿਜਲੀ ਹੁੰਦੀ ਨਹੀਂ ਸੀ ਸਾਡੇ ਦਾਦੇ ਪਰਦਾਦੇ ਇਵੇਂ ਰਹੇ ਅਜੀ ਤੇ ਪੰਜਾਬੀ ਸਾਈਚੈਂਸ ਜਦੋਂ ਜਾ ਕੇ ਲੜਦਾ ਉੱਥੇ ਅੰਡਾ ਜਿਹੜਾ ਕਾਰਗਿਲ ਚ ਜਾਂ ਪੱਥਰ ਬਣ ਜਾਂਦਾ ਪਾਣੀ ਉੱਥੇ ਬਰਫ਼ ਬਣ ਜਾਂਦਾ ਤੇ ਜੇ ਅਸੀਂ ਉੱਥੇ ਜਾ ਕੇ ਲੜ ਸਕਦੇ ਆਂ ਫਿਰ ਕੋਈ ਗੱਲ ਨਹੀਂ ਅਸੀਂ 10 20 ਦਿਨ ਬਿਜਲੀ ਤੋਂ ਬਿਨਾਂ ਵੀ ਰਹਿ ਸਕਦੇ ਆਂ ਪਰ ਅਸੀਂ ਨਰਿੰਦਰ ਮੋਦੀ ਦੀ ਬਿਜਲੀ ਵੀ ਨਹੀਂ ਚੱਲਣ ਦਿਆਂਗੇ ਮੈਂ ਬੇਨਤੀ ਕਰਨਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਜਿੱਥੇ-ਜਿੱਥੇ ਨਰਿੰਦਰ ਮੋਦੀ ਦੀ ਫੋਟੋ ਲੱਗੀ ਹੈ ਚਾਹੇ ਪੰਪ ਤੇ ਲੱਗੀ ਆ ਚਾਹੇ ਗੈਸ ਏਜੰਸੀ ਤੇ ਲੱਗੀ ਆ ਕਾਲਾ ਤੇਲ ਮਲੋ ਤੇ ਲੜਾਈ ਲੜਾਂਗੇ ਅਸੀਂ ਪ੍ਰਧਾਨ ਮੰਤਰੀ ਤੇ ਜੇ ਕੋਈ ਸ਼ਹਾਦਤ ਵੀ ਦੇਣੀ ਪਈ ਤਾਂ ਦੇਵਾਂ ਆਖਰੀ ਆਖਰੀ ਸਵਾਲ 5 ਤਰੀਕ ਨੂੰ ਕਿਸਾਨਾਂ ਨੇ ਪੂਰੇ ਭਾਰਤ ਬੰਦਾ ਐਲਾਨ ਕੀਤਾ ਕਿ ਤੁਸੀਂ ਉਹਨਾਂ ਦਾ ਸਮਰਥਨ ਕਰੋਗੇ ਪੰਜਾਬ ਦੇ ਬਈ ਉਹ ਯਾਰ ਕਿਸਾਨ ਕਹਿਣ ਵੀ ਪੁੱਠਾ ਲਟਕ ਜਾ ਇਹ ਤਾਂ ਅਸੀਂ ਕਈ ਵਾਰੀ ਜਾਣਦੇ ਆ ਉਹ ਸਾਨੂੰ ਕਹਿ ਦਿੰਦੇ ਆ ਕਿ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਆ ਤੁਸੀਂ ਸਾਰੀਆਂ ਰਾਜਨੀਤੀ ਪਾਰਟੀਆਂ ਨੂੰ ਅਸੀਂ ਕਹਿ ਕਸਾਨ ਰਾਜੇ ਵੜਿੰਗ ਨੂੰ ਕਹਿਣਗੇ ਕਿ ਤੂੰ ਪੁੱਠਾ ਲੱਟਾ ਉੱਪਰ ਕਰਕੇ ਤੈਨੂੰ 24 ਘੰਟੇ ਲਟਕਾਉਣਾ ਹੈ ਰਾਜਾ ਵੜਿੰਗ ਲੜੂਆ ਤੇ ਸਮਰਥਨ ਇਹ ਤਾਂ ਚੱਕਾ ਜਾਮ ਦੀ ਗੱਲ ਹੈ ਜਿੱਥੇ ਕਿਸਾਨ ਬਾਜ਼ ਮਾਰੂਗਾ ਨਾ ਕਿਸਾਨ ਦੀ ਕੋਕ ਸੁਣੂਗੀ ਕੰਨ ਚ ਉੱਥੇ ਖੜੇ ਹੋਵਾਂਗੇ ਧੰਨਵਾਦ ਜੀ ਬਿਲਕੁਲ ਇਹ ਸੀਗੇ ਰਾਜਾ ਵੜਿੰਗ ਜੀ ਨਾਲ ਉਹ ਸਾਫ਼ ਕਹ ਆ ਗਿਆ ਹੈ ਕਿ ਕੇਂਦਰ ਸਰਕਾਰ ਭਾਵੇਂ ਜਿਸ ਤਿੱਕੇ ਦੀ ਮਰਜ਼ੀ ਚਾਲ ਚੱਲੇ ਲੇਕਿਨ ਪੰਜਾਬ ਨੂੰ ਬਚਾਉਣਾ ਪਹਿਲਾ ਰਾਈਟ ਹੈਗਾ ਤੇ ਜਿਸ ਤਿੱਕੇ ਨਾਲ ਪੰਜਾਬੀਆਂ ਨੇ ਸ਼ਹਾਹਤਾ ਦਿੱਤੀ ਹੈ ਤੇ ਅੱਗੇ ਵੀ ਇਸੇ ਤਰੀਕੇ ਨਾਲ ਜਿਹੜਾ ਕੰਮ ਜਾਰੀ ਰਹੇਗਾ ਤੇ ਸਾਫ਼ ਤੌਰ ਤੇ ਕਿਹਾ ਹੈ ਜਿਹੜਾ ਰਾਸ਼ਟਰਪਤੀ ਵੱਲੋਂ ਜਿਹੜਾ ਸਮਾਂ ਨਹੀਂ ਦਿੱਤਾ ਜਾ ਰਿਹਾ ਇਸ ਦੇ ਪਿੱਛੇ ਕੋਈ ਕੋਜੀਤ ਚਾਲ ਵੀ ਹੋ ਸਕਦੀ ਹੈ ਕੈਮਰਾਮੈਨ 우ਮਾ ਯਾਦਵ ਦੇ ਨਾਲ ਅਨਕੁਸ਼ ਮਹਾਜਨ ਅਨਿਕ ਸਵੇਰਾ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर